ਤੁਹਾਡੇ ਗਲੀ ਮੁਹੱਲਿਆਂ ਦੇ ਵਿੱਚ ਸਾਡੇ ਨੁਮਾਇੰਦੇ ਉੱਥੇ ਹੈਗੇ ਨੇ, ਉਹਨਾਂ ਨੂੰ ਦੱਸੋ ਜਿਹਨੂੰ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋ ਮੈਂ ਸਾਰੇ ਜਿਹੜੇ ਪਾਰਟਿਸਪੈਂਟ ਨੂੰ ਰਿਕੁਐਸਟ ਕਰਦਾ ਕਿ ਜਿਹੜੀ ਰੈਲੀ ਹੈ ਇੱਥੋਂ ਸ਼ੁਰੂ ਹੋ ਕੇ ਊਧਮ ਸਿੰਘ ਚੌਂਕ ਮੇਨ ਬਾਜ਼ਾਰੋਂ ਰਿਸ਼ਤੇਦਾਰੀ ਦੇ ਵਿੱਚ ਪਿੰਡ ਦੇ ਵਿੱਚ ਜੋ ਕੋਈ ਨਸ਼ਾ ਕਰਦਾ ਉਹਨੂੰ ਸਮਝਾ ਕੇ ਕਰਕੇ ਕੱਢੀ ਗਈ ਹੈ। ਜਿਹੜੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਦੇ ਵਿੱਚ ਨਸ਼ਾ ਵੱਧਦਾ ਜਾ ਰਿਹਾ, ਦਿਨ ਪ੍ਰਤੀ ਦਿਨ ਜਿਹੜਾ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਵੱਲ ਜਾ ਰਹੀ ਆ, ਆਪਣੇ ਜਿਹੜੇ ਪਰਿਵਾਰ ਹੈਗੇ ਉਹਨਾਂ ਦੇ ਮਾਂ ਬਾਪ ਪੈਲੀਆਂ ਵੇਚ ਕੇ ਉਹਨਾਂ ਦੇ ਨਸ਼ਿਆਂ ਦੇ ਵਿੱਚ ਲਾ ਰਿਹਾ, ਜਿਹਦੇ ਕਰਕੇ ਆਪਣਾ ਜਿਹੜਾ ਪੰਜਾਬ ਆ ਬਹੁਤ ਪਛੜ ਰਿਹਾ ਵਾ। ਇਸ ਕਰਕੇ ਅਸੀਂ ਰੈਲੀ ਕੱਢੀ ਆ ਵੀ ਨਸ਼ਾ ਛੱਡੋ, ਕੋੜ ਕੱਢੋ, ਅਤੇ ਸਾਡਾ ਇਹੀ ਸਾਰਿਆਂ ਨੂੰ ਸੁਝਾਅ ਵਾ ਕਿ ਨਸ਼ਾ ਛੱਡ ਦੇਣ, ਆਪਣੇ ਮਾਂ ਪਿਓ ਦੇ ਬਾਰੇ ਸੋਚਣ, ਪੰਜਾਬ ਬਚਾਓ ਅਤੇ ਨਸ਼ਾ ਤਿਆਗੋ। ਪਰ ਨਸ਼ਿਆਂ ਦੇ ਵਿਰੁੱਧ ਰੈਲੀ ਕੱਢ ਰਹੇ ਹਾਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ, ਅੱਜ ਅਸੀਂ ਜਿਹੜੀ ਰੈਲੀ ਕੱਢ ਰਹੇ ਹਾਂ ਇਹ ਸਾਰੀ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਕੱਢ ਰਹੇ ਹਾਂ ਕਿ ਜੋ ਅੱਜ ਕੱਲ੍ਹ ਲੋਕ ਨਸ਼ਿਆਂ ਦੇ ਵਿੱਚ ਅੱਜ ਕੱਲ੍ਹ ਜੋ ਪੀੜ੍ਹੀ ਜਾ ਰਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਛੁਡਾਉਣ ਵਾਸਤੇ, ਕਿਉਂਕਿ ਨਸ਼ੇ ਕਿਹੋ ਜਿਹੀ ਚੀਜ਼ ਆ ਜਿਹੜੀ ਹਰ ਘਰ ਨੂੰ ਬਰਬਾਦ ਕਰੀ ਜਾ ਰਹੀ ਆ ਅੱਜ ਦੇ ਟਾਈਮ 'ਤੇ। ਅਤੇ ਤੁਸੀਂ ਕੀ ਆਮ ਲੋਕਾਂ ਨੂੰ ਮਤਲਬ ਕਹਿਣਾ ਚਾਹੋਗੇ? ਸਾਡੀ ਰੈਲੀ ਕੱਢਣ ਦਾ ਇੱਕ ਇਹ ਮੇਨ ਉਹ ਹੈ ਤਾਂ ਕਿ ਮਕਸਦ ਹੈ ਕਿ ਜੋ ਵੀ ਅੱਜ ਦੇ ਟਾਈਮ 'ਤੇ ਨਸ਼ੇ ਕਰ ਰਹੇ ਆ ਕਿ ਉਹ ਹਟ ਜਾਣ, ਆਪਣੀਆਂ ਜ਼ਿੰਦਗੀਆਂ ਨੂੰ ਬਰਬਾਦ ਹੋਣ ਤੋਂ ਬਚਾ ਲੈਣ। ਰੈਲੀ ਦਾ ਮੁੱਖ ਮੁੱਦਾ ਅੱਜ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਆਪਾਂ ਸਾਰੇ ਮਨਾ ਰਹੇ ਹਾਂ, ਅਤੇ ਸਾਰੇ ਸਕੂਲ ਦੇ ਬੱਚਿਆਂ ਨੇ, ਨਰਸਿੰਗ ਸਟੂਡੈਂਟਸ ਨੇ, ਬਾਕੀ ਵੀ ਜਿਹੜੇ ਸਪੋਰਟਸ ਪਰਸਨਸ ਸੀਗੇ ਉਹਨਾਂ ਨੇ ਅੱਜ ਦੀ ਰੈਲੀ ਦੇ ਵਿੱਚ ਹਿੱਸਾ ਲਿਆ। ਅਤੇ ਬਾਕੀ ਲੋਕਾਂ ਨੂੰ ਵੀ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਵੀ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਸਾਰੇ ਸਮਾਜ ਨੂੰ ਜਾਗਰੂਕ ਕਰੋ, ਅਤੇ ਪੰਜਾਬ ਸਰਕਾਰ ਦਾ ਜਿਹੜਾ ਡਰੱਗ ਅਬਿਊਜ਼ ਪ੍ਰੀਵੈਂਸ਼ਨ ਆਫਿਸਰਸ ਜਿਹੜੇ ਵੋਲੰਟੀਅਰਸ ਲਾਏ ਆ ਉਹਨਾਂ ਦੇ ਥਰੂ ਅਸੀਂ ਜਿਹੜੇ ਵੀ ਨਸ਼ੇ ਕਰਦੇ ਆ ਉਹਨਾਂ ਦੇ ਤੱਕ ਪਹੁੰਚ ਕਰਕੇ ਉਹਨਾਂ ਨੂੰ ਅਵੇਅਰ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ, ਅਤੇ ਨਸ਼ਾ ਛੁਡਾਊ ਕੇਂਦਰ ਤੱਕ ਉਹਨਾਂ ਨੂੰ ਲੈ ਕੇ ਆਵਾਂਗੇ ਅਤੇ ਉਹਨਾਂ ਦੇ ਸਾਰਿਆਂ ਦਾ ਇਲਾਜ ਕਰਾਵਾਂਗੇ। ਜਿਵੇਂ SSP ਸਾਹਿਬ ਨੇ ਵੀ ਦੱਸਿਆ ਕਿ ਵੀ ਅਸੀਂ ਬਹੁਤ ਸਖਤੀ ਨਾਲ ਇਹਦੇ ਉੱਤੇ ਕਾਰਵਾਈ ਕਰਾਂਗੇ ਜਿਹੜੇ ਵੀ ਬੰਦੇ ਨਸ਼ਿਆਂ ਦਾ ਕਾਰੋਬਾਰ ਕਰਦੇ ਆ, ਅਤੇ ਜਿਹੜੇ ਬੰਦੇ ਕਿਸੇ ਕਾਰਨ ਕਰਕੇ ਨਸ਼ਾ ਦੇ ਪ੍ਰਭਾਵ ਦੇ ਅੰਦਰ ਆ ਗਏ ਉਹਨਾਂ ਨੂੰ ਕਾਉਂਸਲਿੰਗ ਕਰਕੇ ਸਮਝਾ ਕੇ ਨਸ਼ਾ ਛੁਡਾਓ ਕੇਂਦਰ ਲਾ ਕੇ ਉਹਨਾਂ ਨੂੰ ਅਸੀਂ ਇਹਨਾਂ ਦੇ ਪ੍ਰਭਾਵ ਤੋਂ ਦੂਰ ਕਰਕੇ ਇੱਕ ਚੰਗਾ ਅਤੇ ਸਿਹਤਮੰਦ ਸਮਾਜ ਸਿਰਜਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਾਰੇ ਮੀਡੀਆ ਦੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਇਸ ਮੁਹਿੰਮ ਦੇ ਵਿੱਚ ਸਾਡਾ ਯੋਗਦਾਨ ਦੇਣ ਤਾਂ ਕਿ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਥੈਂਕ ਯੂ। ਨਸ਼ਾ ਛੱਡੋ।